ਅਗਰ ਤੁਹਾਨੂੰ ਇਹ ਸਿਨੇਮਾ ਪਸੰਦ ਆਉਂਦਾ ਤਾਂ ਫਿਰ ਇਸ ਕਿਸਮ ਦੀਆਂ ਹੋਰ ਫਿਲਮਾਂ ਬਣਾਵਾਂਗੇ। ਜਿਵੇਂ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗੀ, ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ, ਉਹ ਤੋਂ ਜਮਾਂ ਅਲੱਗ ਹੈ। ਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਤੇ ਅਸੀਂ, ਮੈਂ ਦੇਖ ਚੁੱਕੀ, ਸਰ ਨੇ ਸ਼ਾਇਦ ਪਹਿਲਾਂ ਦੇਖੀ ਹੋਗੀ, ਮੈਂ ਅੱਜ ਦੇਖੀ, ਹੁਣ ਮੈਂ ਪੂਰੇ ਕੌਨਫੀਡੈਂਸ ਨਾਲ ਕਹਿ ਸਕਦੀ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਐਂਟਰਟੇਨ ਕਰੂਗੀ ਤੇ ਸਾਡੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਇਓ, ਜ਼ਰੂਰ ਦੇਖਿਓ ਸੈਕਟਰ 17। ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ, ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ, ਅਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ, ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ। ਰੀਅਲ ਲਾਈਫ 'ਤੇ ਅਗਰ ਗੱਲ ਕਰੀਏ, ਰੀਅਲ ਲਾਈਫ ਨਾਲ ਰਾਣੀ ਅਤੇ ਭੂਮਿਕਾ ਇੱਕ ਦੂਸਰੇ ਨਾਲ ਕਿੰਨਾ ਕੁ ਰਿਲੇਟ ਕਰਦੇ ਆ? ਵੈਸੇ ਭੂਮਿਕਾ ਅੜਬ ਵੀ ਹੈਗੀ ਆ, ਬਟ ਆਲਮੋਸਟ ਆਲਮੋਸਟ ਕਹਿ ਸਕਦੇ ਤੁਸੀਂ 98-80% ਸਵੀਟ ਹੈ। ਜਿਹਨੇ ਪੰਛੀ ਇੰਨੀ ਸੋਹਣੀ ਕੀਤੀ ਹੈ ਤਾਂ ਓਬਵੀਅਸਲੀ ਉਹ ਸੈਕਟਰ 17 ਤਾਂ ਹੋਰ ਵਧੀਆ ਕਰਨਗੇ। ਵੈਲਕਮ ਐਂਡ ਸਤਿ ਸ਼੍ਰੀ ਅਕਾਲ, ਚੈਨਲ ਪੰਜਾਬ ਪਲੱਸ ਟੀਵੀ ਤੁਸੀਂ ਦੇਖ ਰਹੇ ਹੋ। ਸੋ ਫਾਈਨਲੀ ਅੱਜ ਆਪਾਂ ਪਹੁੰਚੇ ਹੋਏ ਹਾਂ ਫਿਲਮ ਸੈਕਟਰ 17 ਦੇ ਪ੍ਰੀਮੀਅਰ ਦੇ ਲਈ, ਜਿਸਦਾ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਇਸਦਾ ਜੋ ਟ੍ਰੇਲਰ ਸੀ ਉਹ ਬਹੁਤ ਹੀ ਧਮਾਕੇਦਾਰ ਸੀ। ਸੋ ਫਾਈਨਲੀ ਫਿਲਮ ਵੀ ਰਿਲੀਜ਼ ਹੋ ਚੁੱਕੀ ਹੈ, ਇਸਨੂੰ ਡਾਇਰੈਕਟ ਕੀਤਾ ਗਿਆ ਮਨੀਸ਼ ਭੱਟ ਜੀ ਦੇ ਵੱਲੋਂ, ਫਿਲਮ ਦੀ ਕਹਾਣੀ ਲਿਖੀ ਗਈ ਹੈ ਪ੍ਰਿੰਸ ਕਨਵਲ ਜੀ ਦੇ ਵੱਲੋਂ, ਅਤੇ ਖਾਸ ਗੱਲ ਇਹ ਹੈ ਕਿ ਉਹਨਾਂ ਦੇ ਵੱਲੋਂ ਹੀ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਵੀ ਅਦਾ ਕੀਤਾ ਗਿਆ। ਪ੍ਰਿੰਸ ਕਨਵਲ ਜੀ ਦੇ ਨਾਲ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਆ ਭੂਮਿਕਾ ਸ਼ਰਮਾ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਜਿਨ੍ਹਾਂ ਨੂੰ ਤੁਸੀਂ ਬਾਕੀ ਫਿਲਮਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਿਆਰ ਦਿੰਦੇ ਹੋ। ਸੋ ਆਓ ਦੇਖਦੇ ਹਾਂ ਫਿਲਮ ਅਤੇ ਕਰਦੇ ਹਾਂ ਇਸ ਫਿਲਮ ਦੀ ਸਟਾਰਕਾਸਟ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਕਿਤੇ ਫਿਲਮ ਹੁੰਦੀ ਹੈ, ਚਾਹੇ ਉਹ ਵਾਰਨਿੰਗ ਹੋਵੇ, ਚਾਹੇ ਉਹ ਛਿੰਦਾ ਛਿੰਦਾ ਹੋਵੇ, ਚਾਹੇ ਹੋਵੇ ਸੈਕਟਰ 17 ਅਰਦਾਸ ਕਰਾਂ, ਅਤੇ ਚਾਹੇ ਹੋਵੇ ਸੈਕਟਰ 17, ਅਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਹਾਂ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮੀਡੀਆ ਮੇਰਾ ਹਮੇਸ਼ਾ ਹੀ ਸਾਥ ਦਿੰਦਾ, ਮੇਰੀ ਮਾੜੀ ਮੋਟੀ ਐਵੇਂ ਜਾਲੀ ਜੀ ਗੱਲ ਵੀ ਤੁਸੀਂ ਬਹੁਤ ਵਾਇਰਲ ਕਰਦੇ ਹਾਂ। ਸੋ ਥੈਂਕ ਯੂ ਬਹੁਤ ਬਹੁਤ। ਨਾਲ ਮੇਰੇ ਭੂਮਿਕਾ ਸੀ, ਫਿਲਮ ਤੁਸੀਂ ਦੇਖ ਲਈ, ਹਰਮਨ ਸੂਦ ਭਾਬੀ ਜੀ, ਅਦਿੱਤਿਆ ਬਾਈ ਇਹਨਾਂ ਨੇ ਪ੍ਰੋਡਿਊਸ ਕੀਤੀ ਹੈ। ਜਦੋਂ ਕੋਈ ਬੰਦਾ ਪ੍ਰੋਜੈਕਟ ਬਣਾਉਂਦਾ, ਕੋਈ ਡਾਇਰੈਕਟਰ, ਮਨੀਸ਼ ਭੱਟ ਜੀ ਨੇ ਡਾਇਰੈਕਟ ਕੀਤੀ ਹੈ, ਲਿਖੀ ਵੀ ਮੈਂ ਸੀ, ਹੈ ਨਾ। ਥੈਂਕ ਯੂ ਸੰਦੀਪ ਬਾਂਸਲ ਸਾਹਿਬ ਦਾ ਜਿਨ੍ਹਾਂ ਨੇ ਸਾਰਾ ਸੈਟਅਪ ਦਾ ਸੰਭਾਲ ਰੱਖਿਆ। ਸੋ ਜਦੋਂ ਕੋਈ ਬਣਾਉਂਦਾ ਪ੍ਰੋਜੈਕਟ ਤਾਂ ਉਹ ਪੂਰਾ ਜਿੰਦ ਜਾਣ ਅਤੇ ਪੂਰਾ ਮਿਹਨਤ ਕਰਕੇ ਜ਼ੋਰ ਲਾ ਕੇ ਬਣਾਉਂਦਾ। ਰਿਜ਼ਲਟ ਦਰਸ਼ਕਾਂ ਨੇ ਕੱਢਣਾ ਹੁੰਦਾ, ਆਡੀਅੰਸ ਨੇ ਕੱਢਣਾ ਹੁੰਦਾ। ਅੱਜ ਸਾਡੀ ਫਿਲਮ ਰਿਲੀਜ਼ ਹੋ ਗਈ ਹੈ ਅਤੇ ਤੁਸੀਂ ਸਾਰਿਆਂ ਨੇ ਵੀ ਦੇਖੀ ਹੈ, ਆਪਦੇ ਆਪਦੇ ਵਿਊ ਪਾਇਓ, ਆਪਦੇ ਤੁਸੀਂ ਸੱਚੀ ਗੱਲ ਦੱਸਿਓ ਵੀ ਤੁਹਾਨੂੰ ਕਿਹੋ ਜਿਹੀ ਲੱਗੀ, ਔਰ ਆਡੀਅੰਸ ਵੀ ਦੇਖ ਕੇ ਆਈ ਹੋਊਗੀ, ਉਹ ਵੀ ਆਪਦੇ ਵਿਊ ਜਿਹੜੇ ਹੈਗੇ ਆ ਉਹ ਜ਼ਰੂਰ ਦੱਸਣ ਵੀ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਹੈ, ਹੈ ਨਾ। ਅਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਸੈਕਟਰ 17, ਹੁਣ ਤੱਕ ਆਪਾਂ 15 ਨਵੰਬਰ ਕਹਿ ਰਹੇ ਸੀ, ਹੁਣ 15 ਨਵੰਬਰ ਆ ਚੁੱਕੀ ਹੈ, ਅਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਅਤੇ ਅਸੀਂ, ਮੈਂ ਦੇਖ ਚੁੱਕੀ, ਸਰ ਨੇ ਸ਼ਾਇਦ ਪਹਿਲਾਂ ਦੇਖੀ ਹੋਗੀ, ਮੈਂ ਅੱਜ ਦੇਖੀ, ਹੁਣ ਮੈਂ ਪੂਰੇ ਕੌਨਫੀਡੈਂਸ ਨਾਲ ਕਹਿ ਸਕਦੀ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਐਂਟਰਟੇਨ ਕਰੂਗੀ ਅਤੇ ਸਾਡੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਇਓ, ਜ਼ਰੂਰ ਦੇਖਿਓ ਸੈਕਟਰ 17। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਜਿੱਦਾਂ ਪੰਮਾ ਭਾਈ ਨੇ ਕਿਹਾ, ਪ੍ਰਗਟ ਨੇ ਕਿਹਾ ਵੀ ਤੁਸੀਂ ਆਪਣੇ ਆਪਣੇ ਰਿਵਿਊ ਜਿਹੜੇ ਵੀ ਹੈਗੇ ਤੁਹਾਨੂੰ ਲੱਗਦੇ ਹੈ ਉਹ ਤੁਸੀਂ ਦਿਓ,
ਤੇ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਮੇਰੇ ਖਿਆਲ ਕਿ ਮੀਡੀਆ ਪੁੱਛਣਾ ਚਾਹੇ ਬਿਲਕੁਲ ਬਿਲਕੁਲ ਮੀਡੀਆ ਕੋਲ ਗੱਲ ਕਰਨਾ ਚਾਹੁੰਦਾ ਤਾਂ ਕਰ ਸਕਦਾ ਕਿਉਂਕਿ ਬਾਈ ਹੁਣ ਬਿਜ਼ੀ ਹੈ ਹੁਣ ਬਾਈ ਨੇ ਲੱਭਣਾ ਨਹੀਂ ਤੇ ਜਿਨ੍ਹਾਂ ਨੇ ਕੋਈ ਕੁਐਸਚਨ ਹੈਗਾ ਤੇ ਉਹ ਤੁਸੀਂ ਪੁੱਛ ਲਓ ਜੀ ਹੁਣ ਹਾਂਜੀ ਹਾਂਜੀ ਟ੍ਰੇਲਰ ਤੱਕ ਤਾਂ ਫਿਲਮ ਮੈਂ ਦੇਖੀ ਨਹੀਂ ਸੀਗੀ ਹੈ ਨਾ ਜਾਂ ਟ੍ਰੇਲਰ ਲਾਂਚ ਹੋਇਆ ਅਤੇ ਹੁਣ ਮੈਂ ਫਿਲਮ ਕੱਲ੍ਹ ਪਰਸੋਂ ਆਲਰੇਡੀ ਦੇਖੀ ਅੱਜ ਵੀ ਆਪਾਂ ਦੇਖੀ ਹੈ ਅਤੇ ਉਹ ਜਿਵੇਂ ਟ੍ਰੇਲਰ ਸੀਗਾ ਹੈ ਨਾ ਅਤੇ ਜਿਵੇਂ ਫਿਲਮ ਹੈਗੀ ਹੈ ਉਹ ਬੇਸਿਕਲੀ ਇੱਕ ਇੱਕ ਬਾਪ ਅਤੇ ਬੇਟੇ ਦੀ ਕਹਾਣੀ ਹੈ ਸੈਕਟਰ 17 ਨੂੰ ਲਿਖੇ ਕਿ ਕਿੱਦਾਂ ਹੋਇਆ ਕਿ ਬੇਸਿਕਲੀ ਚੰਡੀਗੜ੍ਹ ਸਾਰਾ ਜਿਵੇਂ ਬਣਿਆ ਹੈ ਨਾ ਆਪਾਂ ਦੇਖਦੇ ਹਾਂ ਕਿ 40 ਪਿੰਡ ਉਜੜੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਗੱਲ ਹੋਈ ਮੇਰੇ ਖਿਆਲ ਹਾਲੇ ਇਹਦੇ ਵਿੱਚ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਹੋਰ ਕਈ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਸ਼ਾਇਦ ਮਤਲਬ ਗੱਲਾਂ ਹੈਗੀਆਂ ਹੋਰ ਜਿਹੜੀਆਂ ਹੋਰ ਕਈਆਂ ਜਾ ਸਕਦੀਆਂ ਪਰ ਸ਼ੁਰੂਆਤ ਵਾਸਤੇ ਮੇਰੇ ਕੋਲ ਬਾਈ ਨੇ ਜਿੱਦਾਂ ਇਹਨਾਂ ਨੇ ਬਣਾਇਆ ਕੋਨਸੈਪਟ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਬਾਕੀ ਬਾਈ ਦੱਸੇਗੇ ਠੀਕ ਆ ਮੈਂ ਤਾਂ ਦੱਸਿਆ ਤੁਹਾਨੂੰ ਵੀ ਦਰਸ਼ਕਾਂ ਨੇ ਦੱਸਣਾ ਤਾਂ ਰਿਜ਼ਲਟ ਉਹਨਾਂ ਨੇ ਕੱਢਣਾ ਵੀ ਕਿਹੋ ਜਿਹੀ ਬਣੀ ਹੈ ਕਿਹੋ ਜਿਹੀ ਨਹੀਂ ਬਣੀ ਜੇ ਤੁਹਾਨੂੰ ਠੀਕ ਲੱਗੀ ਤਾਂ ਜ਼ਰੂਰ ਦੇਖਣ ਜਾਇਓ ਜੇ ਨਾ ਠੀਕ ਲੱਗੀ ਫਿਰ ਰਹਿਣ ਦਿਓ ਵੀਰੇ ਅੱਜ ਇਹਦਾ ਪ੍ਰੀਮੀਅਰ ਸੀ ਉੱਧਰ ਅਕਾਲ ਸ਼ੁਰੂ ਹੋਈ ਹੈ ਅੱਜ ਇਹਦਾ ਪ੍ਰੀਮੀਅਰ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਹੈ ਅਤੇ ਉੱਧਰ ਅਕਾਲ ਸ਼ੁਰੂ ਹੋਈ ਹੈ ਰੋਲ ਉਹਦੇ 'ਚ ਵੀ ਡੇਢਾ ਹੀ ਆ ਦੇਖਿਓ ਬਾਕੀ ਗੁਰਪੁਰਬ ਦੇ ਦਿਨ ਅੱਜ ਫਿਲਮ ਰਿਲੀਜ਼ ਹੋਈ ਹੈ ਬਿਲਕੁਲ ਜੀ ਬਾਬਾ ਜੀ ਨੇ ਦੇ ਦਿਨ ਫਿਲਮ ਰਿਲੀਜ਼ ਕਹਿੰਦੇ ਤੁਸੀਂ ਜ਼ਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਹੈ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜ਼ਰੂਰ ਆਓ ਵੀ ਕੁਛ ਤੁਹਾਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਹੈ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇਠ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਅਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਅਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ 'ਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਇੰਟਰਟੇਨਮੈਂਟ ਹੈ ਫਿਕਸ਼ਨ ਹੈ ਤਾਂ ਕਿ ਇੰਟਰਟੇਨਮੈਂਟ ਦੇ ਰਾਹੀਂ ਤੁਹਾਨੂੰ ਕੋਈ ਨਾ ਕੋਈ ਸੁਨੇਹਾ ਵੀ ਦਿੱਤਾ ਜਾਵੇ ਤੁਸੀਂ ਡਾਇਲੋਗਸ ਰਾਹੀਂ ਵੀ ਸੁਨੇਹਾ ਲਓਗੇ ਤੁਹਾਨੂੰ ਡਾਇਲੋਗਸ ਰਾਹੀਂ ਵੀ ਕੁਛ ਲੱਗੂਗਾ ਵੀ ਹਾਂ ਠੀਕ ਹੈ ਗੱਲ ਤੁਸੀਂ ਦੇਖਣੀ ਜ਼ਰੂਰ ਹੈ ਦੇਖਣ ਤੋਂ ਬਾਅਦ ਨਾ ਠੀਕ ਲੱਗੀ ਫਿਰ ਤਾਬੇਦਾਰ ਹਾਂ ਦੇਖੋ ਜੇ ਅਸੀਂ 1952 ਤੋਂ ਲੈ ਕੇ 1982 ਤੱਕ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਚੀਜ਼ਾਂ ਵੀ ਉਹੀ ਦਿਖਾਉਣੀਆਂ ਪੈਣੀਆਂ ਹੁਣ ਮੈਂ ਇਹਦੇ 'ਚ ਵੀਡੀਓ ਗੇਮ ਤਾਂ ਦਿਖਾ ਨਹੀਂ ਸਕਦਾ ਜੀ ਨਾ ਹੀ ਮੈਂ ਕੋਈ ਹੋਰ ਗੱਲ ਕਰ ਸਕਦਾ ਸੀ
ਉਹ ਚੀਜ਼ਾਂ ਜਿਹੜੀਆਂ ਉਹ ਦਿੰਦੀਆਂ ਸੀ। ਬਸ ਸਾਡੇ ਕੋਲ ਨਵਾਂ ਕੀ ਹੁੰਦਾ ਵੀ ਵਿਲਨ ਗੁੱਲੀ ਡੰਡਾ ਖੇਡਦਾ, ਉਹਦਾ ਆਪਦਾ ਆਰੀ ਵਾਲਾ ਤੁਸੀਂ ਦੇਖਿਆ ਹੋਊਗਾ, ਉਹ ਹਮੇਸ਼ਾ ਹੀ ਆਪਣੇ ਹੁੰਦਾ ਸੀ ਆਰੀ ਦਾ ਮੁੱਠਾ ਚੱਕ ਕੇ ਪਿਸਤੌਲ ਬਣਾ ਲੈਂਦੇ ਸੀ। ਸੋ ਉਸ ਕਿਸਮ ਦੀਆਂ ਗੱਲਾਂ ਪਤਾ ਤੁਹਾਨੂੰ ਦੇਖ ਕੇ ਹੀ ਲੱਗਣਾ ਵੀ ਕਿੱਦਾਂ ਦਾ ਮਾਹੌਲ ਬਣਿਆ। ਬਾਈ ਆਓ ਤੁਸੀਂ ਅੱਗੇ। ਸੋ ਜਿਵੇਂ ਬਾਈ ਜੀ ਕਹਿ ਰਹੇ ਨੇ ਹਾਊ ਹਾਊ, ਪਤਾ ਦੇਖ ਕੇ ਹੀ ਲੱਗੂਗਾ ਤੁਹਾਨੂੰ। ਵਾਕਈ ਸੈਕਟਰ 17 ਜੋ ਫਿਲਮ ਹੈ, ਮੈਂ ਪਹਿਲਾਂ ਵੀ ਹੁਣੀ ਕਹਿ ਕੇ ਹਟਿਆ ਵੀ ਇੱਕ ਡਾਇਰੈਕਟਰ ਇੱਕ ਪ੍ਰੋਡਿਊਸਰ ਅਤੇ ਹਰ ਇੱਕ ਐਕਟਰ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਪਿਛਲੇ ਪ੍ਰੋਜੈਕਟ ਤੋਂ ਅਗਲੇ ਪ੍ਰੋਜੈਕਟ ਇੱਦੋਂ ਵੱਡਾ ਕਰਾਂ। ਸੋ ਬਾਈ ਦੇ ਕਰੀਅਰ ਦੇ ਵਿੱਚ ਵਾਰਨਿੰਗ ਜਿੱਥੇ ਬਾਈ ਨੂੰ ਲੈ ਕੇ ਗਈ, ਫਿਰ ਅਰਦਾਸ ਸੌਂਗ ਇੱਕ ਡਿਫਰੈਂਟ ਸੈਕਟਰ 17 ਮਤਲਬ ਬਾਈ ਵਾਸਤੇ, ਸਾਡੀ ਸਾਰੀ ਟੀਮ ਵਾਸਤੇ, ਭੂਮਿਕਾ ਲਈ, ਅਦਿੱਤੇ ਭਾਅ ਜੀ ਲਈ, ਇਹ ਮਤਲਬ ਇੱਕ ਅਲੱਗ ਲੈਵਲ ਦਾ ਸਿਨੇਮਾ ਹੈਗਾ ਜਿੱਥੇ ਤੱਕ ਆਪਾਂ ਬਹੁਤ ਰੈਡੀ ਆਲਰੇਡੀ ਬਹੁਤ ਪ੍ਰੋਡਿਊਸਰ ਡਾਇਰੈਕਟਰ ਵਧੀਆ ਕੰਮ ਕਰ ਰਹੇ ਨੇਗੇ। ਸੋ ਇਹ ਜੇ ਆਪਾਂ ਸਿਨੇਮੇ ਦੇ ਹਿਸਾਬ ਨਾਲ ਦੇਖੀਏ ਜਾਂ ਸਕ੍ਰਿਪਟ ਅਤੇ ਸਾਡੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਅਸੀਂ ਸਾਰਿਆਂ ਦੇ ਲਈ ਮਤਲਬ ਇਹ ਇੱਕ ਅਲੱਗ ਲੈਵਲ 'ਤੇ ਲੈ ਕੇ ਜਾਣ ਵਾਲੀ ਫਿਲਮ ਹੈ। ਸੋ ਮੈਂ ਰਿਕੁਐਸਟ ਇਹੀ ਕਰੂੰਗਾ ਵੀ ਜਿਵੇਂ ਬਾਈ ਨੇ ਕਿਹਾ ਵੀ ਇੱਕ ਵਾਰੀ ਜ਼ਰੂਰ ਦੇਖਿਓ, ਦੇਖਣ ਤੋਂ ਬਾਅਦ ਜੇ ਨਹੀਂ ਵਧੀਆ ਲੱਗਦੀ ਵੱਖਰੀ ਗੱਲ ਹੈ, ਬਟ ਕੁਛ ਜੋ ਚੱਲ ਰਿਹਾ ਜਾਂ ਚੱਲਦਾ ਸੀ ਜਾਂ ਉਵੇਂ ਕਰਕੇ ਕੁਛ ਅਲੱਗ ਕਰਨ ਦੀ ਕੋਸ਼ਿਸ਼ ਕੀਤੀ। ਨੀਸ਼ ਭੱਟ ਨੇ ਆਪਣੇ ਭਾਅ ਜੀ ਨੇ ਡਾਇਰੈਕਟ ਕੀਤੀ ਹੈ, ਨੀਰਜ ਨੇ ਕੈਮਰਾ ਕੀਤਾ, ਲਿਖੀ ਮੈਂ ਸੀ, ਉਹਦੇ 'ਚ ਕੁਛ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਜੋ ਚੱਲ ਰਿਹਾ ਰੂਲ ਤੋੜੇ ਹਾਂ ਵੀ ਕੁਛ ਉਹਨੂੰ ਤੋੜਿਆ ਜਾਵੇ। ਅਤੇ ਅਗਰ ਤੁਹਾਨੂੰ ਇਹ ਸਿਨੇਮਾ ਪਸੰਦ ਆਉਂਦਾ ਤਾਂ ਫਿਰ ਇਸ ਕਿਸਮ ਦੀਆਂ ਹੋਰ ਫਿਲਮਾਂ ਬਣਾਉਣਾ। ਜਿਵੇਂ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗੀ, ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ, ਉਹ ਤੋਂ ਜਮਾਂ ਅਲੱਗ, ਪਰ ਇਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਉਹਦਾ ਪ੍ਰੈਜੈਂਟੇਸ਼ਨ, ਬੋਲਣ ਦਾ ਤਰੀਕਾ ਜਾਂ ਉਹਦੇ ਗੱਲ ਕਰਨ ਦਾ ਤਰੀਕਾ, ਉਹ ਤੁਹਾਨੂੰ ਥੋੜ੍ਹਾ ਜਿਹਾ ਊਂ ਲੱਗਦਾ ਸੀਗਾ ਟ੍ਰੇਲਰ ਜਿਹਨਾਂ ਨੂੰ ਲੱਗਦਾ ਸੀਗਾ, ਉਹ ਤੁਹਾਨੂੰ ਦੇਖਣ ਤੋਂ ਬਾਅਦ ਹੀ ਪਤੂਗਾ ਪਤਾ ਲੱਗੂਗਾ ਵੀ ਨਹੀਂ ਇਹ ਪੰਮਾ ਨਹੀਂ ਹੈਗਾ, ਇਹ ਪ੍ਰਗਟ ਹੈ। ਬਾਈਕ ਬਹੁਤ ਘੈਂਟ ਐਕਟਰ ਆ, ਮੈਨੂੰ ਸ਼ੁਰੂ ਤੋਂ ਹੀ ਬਹੁਤ ਘੈਂਟ ਲੱਗਦਾ ਬਾਈ, ਬਾਈ ਬਹੁਤ ਘੈਂਟ ਐਕਟਰ ਆ, ਬਹੁਤ ਵਧੀਆ ਕੰਮ ਕੀਤਾ, ਤੁਸੀਂ ਦੇਖਿਆ ਹੀ ਹੈ ਸਾਰਿਆਂ ਨੇ ਵੀ ਕਿੱਦਾਂ ਦਾ ਉਹ ਮਾਹੌਲ ਬਣਿਆ। ਠੀਕ ਹੈ ਜੀ, ਥੈਂਕ ਯੂ। ਫਿਲਮ ਸਾਡੀ ਰਿਲੀਜ਼ ਹੋ ਚੁੱਕੀ ਹੈ, ਤੁਸੀਂ ਭਾਬੀ ਜੀ ਕਰੋ ਆਪਣਾ ਪ੍ਰਿੰਸਵਰੇ। ਇੱਕ ਵੈਸੇ ਟੋਪਿਕ ਵੀ ਦਿੱਤਾ ਇਸ ਫਿਲਮ ਦੇ ਰਾਹੀਂ, ਚਲੋ ਓਨੀ ਡਿਟੇਲ 'ਚ ਨਹੀਂ ਹੈ, ਪਰ ਹਾਂ ਹੁਣ ਜਿਵੇਂ ਮੀਡੀਆ ਇਸ ਬਾਰੇ ਗੱਲਬਾਤ ਤਾਂ ਕਰੇਗਾ ਕਿ ਚੰਡੀਗੜ੍ਹ ਬਣਿਆ ਕਿੱਦਾਂ ਤਾਂ ਕੀ ਹੋਇਆ ਫੈਮਿਲੀਜ਼ ਦਾ, ਇੱਕ ਹਾਂ ਵੀ ਆਪਾਂ ਸਾਰਾ ਕੁਛ ਹੀ ਫਿਲਮ 'ਚ ਦਿਖਾਈਏ, ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਉੱਦਾਂ ਕਰਕੇ ਹੁੰਦੀਆਂ, ਜ਼ਰੂਰੀ ਨਹੀਂ ਵੀ ਆਪਾਂ ਸਾਰਾ ਹੀ ਉਵੇਂ ਖਿਲਾਰ ਕੇ ਬਹਿ ਜਾਣਾ। ਹਾਂਜੀ, ਕਿਉਂਕਿ ਇੰਟਰਟੇਨਮੈਂਟ ਦਾ ਮਾਹੌਲ ਹੈ, ਜਿਹਦੇ 'ਚ ਟ੍ਰੇਲਰ ਦਾ ਜੇ ਇਮੋਸ਼ਨ ਲੁਕੋਇਆ ਗਿਆ, ਟ੍ਰੇਲਰ ਜੇ ਟ੍ਰੇਲਰ 'ਚ ਇਮੋਸ਼ਨ ਹੁੰਦਾ ਤਾਂ ਪਹਿਲਾਂ ਇੰਨੀਆਂ ਫਿਲਮਾਂ ਇਮੋਸ਼ਨ ਵਾਲੀਆਂ ਹੈ, ਟ੍ਰੇਲਰ ਜੇ ਇੰਨਾ ਵਾਇਰਲ ਹੋਇਆ, ਇੰਨੀ ਗੱਲ ਹੋਈ ਆ, ਤਾਂ ਉਹ ਇਹੀ ਗੱਲ ਸੀਗੀ ਵੀ ਉਹ ਇੱਕ ਮਜ਼ੇਦਾਰ ਬਣਾਇਆ ਜਾਵੇ ਵੀ ਆਈ ਲਵ ਮੋਰਨਿੰਗ ਵਾਕ, ਉੱਦਾਂ ਦੀਆਂ ਗੱਲਾਂ ਕੀਤੀਆਂ ਜਾਣ। ਅਤੇ ਇਮੋਸ਼ਨ ਹੈ ਫਿਲਮ ਦੇ ਵਿੱਚ, ਰੋਮਾਂਸ ਹੈ ਫਿਲਮ ਦੇ ਵਿੱਚ, ਔਰ ਇਕੱਲਾ ਮੇਰੇ ਵਾਲੇ ਕਰੈਕਟਰ ਦਾ ਨਹੀਂ, ਸਾਰੇ ਕਰੈਕਟਰ ਹੀ ਹੈ। ਤੁਸੀਂ ਇਹਦੇ 'ਚ ਵਿਰਾਟ ਕਪੂਰ ਭਾਅ ਜੀ ਨੇ ਕੰਮ ਕੀਤਾ, ਮੰਨਾ ਸਿੰਘ ਨੇ ਕੰਮ ਕੀਤਾ, ਦਿਲਾਵਰ ਸਿੱਧੂ ਭਾਈ ਦਾ ਮੈਨੂੰ ਤੁਸੀਂ ਸਾਰਿਆਂ ਨੇ ਦੇਖੀ ਆ, ਦਿਲਾਵਰ ਸਿੱਧੂ ਭਾਈ ਬਾਰੇ ਗੱਲ ਕਰੋ, ਬਹੁਤ ਕਮਾਲ ਕਦੇ ਐਂ ਕਰੈਕਟਰ ਦੇਖਿਆ ਉਹਨਾਂ ਦਾ, ਬਹੁਤ ਕਮਾਲ ਦਾ ਕੰਮ, ਇਹ ਸਾਰੇ ਜਾਣੇ ਨਾ ਕੈਮਰਾ ਐਂ ਲਾ ਕੇ ਖੜੇ ਆ, ਕੋਈ ਗੱਲ ਕਿਸੇ ਦਾ ਕੋਈ ਧਿਆਨ ਨਹੀਂ। ਦਿਲਾਵਰ ਸਿੱਧੂ ਭਾਈ ਬਾਰੇ ਜਾਣਦੇ ਆ, ਆਡਾ ਨਾ ਬਸ, ਬਿਲਕੁਲ ਬਿਲਕੁਲ ਬਿਲਕੁਲ, ਇਹੀ ਜ਼ਰੂਰੀ ਹੈ, ਉਹ ਸਾਰਾ ਕਰੈਕਟਰਾਂ ਦਾ ਕੁਛ ਨਾ ਕੁਛ, ਹਰ ਕਰੈਕਟਰ ਦਾ ਕੁਛ ਅਲੱਗ ਕੀਤਾ। ਜਿਹੜੇ ਉਹਦੇ 'ਚ ਅੰਬ ਨਹੀਂ ਬਣਾਏ ਹੋਏ ਕੋਟ ਦੇ ਪਿੱਛੇ,
ਉਹ ਦਿਲਾਵਰ ਸਿੱਧੂ ਬਾਈ ਨੇ ਬਣਾਏ, ਉਹ ਬਹੁਤ ਕਮਾਲ ਪੇਂਟਰ ਆ ਬੰਦਾ। ਹਾਂਜੀ ਠੀਕ ਹੈ, ਦੇਖੋ ਜੇ ਟ੍ਰੇਲਰ 'ਚ ਦਿਖਾਤੀ ਫਿਰ ਤੁਸੀਂ ਕਹੋਗੇ ਵੀ ਸਾਰੀ ਫਿਲਮ ਦਿਖਾਤੀ। ਲੋਕੀ ਫਿਲਮ ਤੁਰ ਹੀ ਦੇਖੇਗੇ। ਜੇ ਕੱਲ੍ਹ ਮੇਰੇ ਭਰਾ ਤੁਸੀਂ ਇਹ ਮੈਸੇਜ ਪਹੁੰਚਾ ਦਿਓ ਕਿ ਐਕਚੁਅਲੀ ਸੈਕਟਰ 17 'ਚ ਚਾਹੇ ਛੋਟੀ ਗੱਲ ਹੋਈ ਹੈ ਪਰ ਗੱਲ ਕਿਸ ਬਾਰੇ, ਅਗਰ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਕਿ ਇਮੋਸ਼ਨਸ ਦੀ ਗੱਲ ਪਹੁੰਚਦੀ ਹੈ, ਕਿਉਂਕਿ ਟ੍ਰੇਲਰ ਤੋਂ ਸ਼ਾਇਦ ਇਹ ਲੱਗਦਾ ਕਿ ਵੀ ਇਹ ਫਿਲਮ ਥੋੜ੍ਹੀ ਜਿਹੀ ਫਾਈਟ ਵਾਲੀ ਜਾਂ ਉਸ ਤਰ੍ਹਾਂ, ਪਰ ਅਗਰ ਇੱਕ ਬਾਪ ਅਤੇ ਬੇਟੀ ਦੀ ਗੱਲ ਹੁੰਦੀ ਹੈ, ਸੈਕਟਰ 17 ਦੀ ਗੱਲ ਹੁੰਦੀ ਹੈ, ਉਹ ਫੈਮਿਲੀਜ਼ ਦੀ ਗੱਲ ਹੁੰਦੀ ਹੈ, ਅਗਰ ਤੁਸੀਂ ਇਸ ਤਰੀਕੇ ਨੂੰ ਦੱਸ ਸਕਦੇ ਹੋ ਤਾਂ ਉਹ ਵੀ ਸਾਡੇ ਵਾਸਤੇ, ਮਤਲਬ ਜੇ ਅਸੀਂ ਸੋਚਾਂਗੇ ਅਸੀਂ ਕਾਮਯਾਬੇ ਦੇਖਣ ਜਾਣਗੇ, ਜਿਹੜੇ ਬੰਦੇ ਆਪਾਂ ਨੂੰ ਚਾਹੁੰਦੇ ਆ ਉਹ ਜਾਣਗੇ, ਜੇ ਆਪਣੀ ਫਿਲਮ ਮਾੜੀ ਹੋਈ ਫਿਰ ਉਹਨਾਂ ਨੇ ਨਹੀਂ ਜਾਣਾ ਦੇਖਣ। ਸੋ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਇੱਥੇ, ਥੈਂਕ ਯੂ ਜੀ ਵੀਰੇ, ਥੈਂਕ ਯੂ। ਵੈਲਕਮ ਐਂਡ ਸਤਿ ਸ਼੍ਰੀ ਅਕਾਲ, ਚੈਨਲ ਪੰਜਾਬ ਪਲੱਸ ਟੀਵੀ ਤੁਸੀਂ ਦੇਖ ਰਹੇ ਹੋ। ਸੋ ਫਾਈਨਲੀ ਫਿਲਮ ਸੈਕਟਰ 17 ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੇ ਭੂਮਿਕਾ ਆਪਣੇ ਨਾਲ ਹੈ। ਸੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਮੁਬਾਰਕਬਾਦ, ਤੁਹਾਨੂੰ ਫਿਲਮ ਦੇ ਲਈ ਬਹੁਤ ਹੀ ਪਿਆਰਾ ਜਿਹਾ ਕਿਰਦਾਰ ਤੁਹਾਡੇ ਵੱਲੋਂ ਅਦਾ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ ਪਹਿਲਾਂ, ਅਤੇ ਥੈਂਕ ਯੂ ਸੋ ਮੱਚ। ਤੁਹਾਨੂੰ ਕਿਵੇਂ ਲੱਗੀ ਮੂਵੀ? ਮੈਨੂੰ ਬਹੁਤ ਸੋਹਣੀ ਲੱਗੀ ਜੀ। ਔਰ ਆਪਾਂ ਤੁਹਾਡੀ ਅਗਰ ਗੱਲ ਕਰੀਏ, ਹੈ ਨਾ, ਜਦੋਂ ਆਪਾਂ ਸ਼ੂਟ ਕਰ ਰਹੇ ਹੁੰਦੇ ਹਾਂ ਨਾ, ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆਪਾਂ ਨੂੰ ਫਿਲਮ ਬਾਰੇ ਨਹੀਂ ਪਤਾ ਹੁੰਦੀਆਂ। ਸੋ ਅੱਜ ਤੁਸੀਂ ਵੱਡੀ ਸਕਰੀਨ 'ਤੇ, ਹੁਣ ਪੂਰੀ ਦੀ ਪੂਰੀ ਫਿਲਮ ਦੇਖੀ ਆ, ਹਰ ਇੱਕ ਜੋ ਐਕਟਰ ਸੀ ਸਭ ਦਾ ਕੰਮ ਤੁਸੀਂ ਇਸ ਦੇ ਵਿੱਚ ਦੇਖਿਆ, ਹੈ ਨਾ। ਹੁਣ ਸੋ ਪੂਰੀ ਦੀ ਪੂਰੀ ਫਿਲਮ ਦੀ ਗੱਲ ਕਰੀਏ, ਤਾਂ ਤੁਹਾਨੂੰ ਅੱਜ ਆਪਣੇ ਆਪ ਨੂੰ ਕਿਸ ਤਰੀਕੇ ਦੀ ਲੱਗੀ ਪੂਰੀ ਫਿਲਮ? ਮੈਂ ਸੱਚੀ ਦੱਸਾਂ, ਮੈਂ ਮਤਲਬ ਆਪਾਂ ਜਦੋਂ ਸ਼ੂਟ ਕੀਤਾ, ਹੁਣ ਮਨੀਸ਼ ਸਰ ਦੇ ਦਿਮਾਗ 'ਚ ਕੀ ਚੱਲ ਰਿਹਾ ਉਹ ਨਹੀਂ ਸਾਨੂੰ ਪਤਾ, ਸਾਨੂੰ ਜਿੰਨਾ ਕੁ ਦੱਸਿਆ ਗਿਆ ਆਪਾਂ ਉਨਾ ਕੁ ਪਰਫੋਰਮ ਕੀਤਾ। ਸੋ ਜਦੋਂ ਕਹਿੰਦੇ ਸੀ ਨਾ, ਹੁਣ ਮੈਨੂੰ ਜਦੋਂ ਮੂਵੀ ਦੇਖ ਕੇ ਲੱਗਿਆ ਕਿ ਵੀ ਸਰ ਜਦੋਂ ਕਹਿੰਦੇ ਸੀ ਨਾ ਕਿ ਬਈ ਇਹ ਟੇਕ ਵਧੀਆ ਆ ਗਿਆ, ਹੁਣ ਪਤਾ ਲੱਗਿਆ ਵੀ ਉਹ ਕਿਹੜੇ ਪਰਸਪੈਕਟਿਵ ਨਾਲ ਉਹਨਾਂ ਨੇ ਕਿਹਾ ਸੀ ਕਿ ਵੀ ਹਾਂ ਇਹ ਡਨ ਹੋ ਗਿਆ, ਇਹ ਡਨ ਹੋ ਗਿਆ। ਉਦੋਂ ਮੈਨੂੰ ਇੱਦਾਂ ਲੱਗਦਾ ਸੀ ਵੀ ਨਹੀਂ, ਇੱਕ ਹੋਰ ਕਰ ਸਕਦੇ ਹਾਂ, ਇੱਕ ਹੋਰ ਇਹਦੇ 'ਚ ਸ਼ਾਇਦ ਵਧੀਆ। ਉਹਨਾਂ ਦਾ ਨਹੀਂ, ਕੁਛ ਫੰਬਲ ਹੋ ਗਿਆ, ਕੁਛ ਚੀਜ਼ਾਂ ਨੈਚੁਰਲ ਹੋ ਗਈਆਂ ਇਹੋ ਜਿਹੀਆਂ। ਸੋ ਅੱਜ ਜਦੋਂ ਦੇਖਿਆ ਵੀ ਹਾਂ ਉਹਨਾਂ ਦੇ ਬੈਕ ਐਂਡ ਦੇ ਦਿਮਾਗ 'ਤੇ ਕੀ ਚੱਲ ਰਿਹਾ ਸੀ, ਉਹ ਜਿਹੜੀ ਅੱਜ ਸਕਰੀਨ 'ਤੇ ਦੇਖਿਆ, ਸੀਰੀਅਸਲੀ ਉਹਦਾ ਮਤਲਬ ਪੂਰੀ ਜਿੰਨੀ ਵੀ ਐਡੀਟਿੰਗ ਟੀਮ ਹੈ ਆਪਣੀ, ਮਨੀਸ਼ ਸਰ ਅਲੋਂਗ ਵਿਦ ਹਿਮ, ਉਹਨਾਂ ਦੇ ਸਾਰੇ ADs, ਉਹਨਾਂ ਸਾਰੀ ਟੀਮ, ਸੀਰੀਅਸਲੀ ਸਾਰਾ ਮਤਲਬ ਆਈ ਵਾਂਟ ਟੂ ਗਿਵ ਪਰਸਨਲੀ ਸਾਰਾ ਕ੍ਰੈਡਿਟ ਉਹਨਾਂ ਨੂੰ ਕਿ ਵੀ ਅਮੇਜ਼ਿੰਗ, ਆਈ ਲਵ ਇਟ ਸੀਰੀਅਸਲੀ। ਤੁਹਾਡਾ ਜੋ ਕਿਰਦਾਰ ਹੈ ਨਾ, ਹੁਣ ਤੱਕ ਦੇ ਸਾਰੇ ਕਿਰਦਾਰਾਂ ਤੋਂ ਕਾਫੀ ਜ਼ਿਆਦਾ ਵੱਖਰਾ ਹੈ ਨਾ, ਕਿੰਨਾ ਕੁ ਇੰਜੋਏ ਕੀਤਾ ਤੁਸੀਂ ਆਪਣੇ ਇਸ ਕਿਰਦਾਰ ਨੂੰ, ਔਰ ਕਦੋਂ ਕਦੀ ਚਾਹਤ ਸੀ ਕਿ ਇਸ ਤਰੀਕੇ ਦਾ ਕਿਰਦਾਰ ਮੈਂ ਅਦਾ ਕਰਨਾ ਆ? ਬੀਂਗ ਐਨ ਐਕਟਰ ਤਾਂ ਹਮੇਸ਼ਾ ਹੁੰਦਾ ਹੈ ਕਿ ਵੀ ਕੁਛ ਡਿਫਰੈਂਟ ਕਰਾਂ, ਕੁਛ ਡਿਫਰੈਂਟ। ਹੁਣ ਇਹ ਹੋ ਗਿਆ, ਬੱਬਰ ਕੀਤੀ ਸੀ ਜਦੋਂ, ਉਦੋਂ ਵੀ ਬਹੁਤ ਚਾਹ ਸੀ ਕਿ ਉਹਦੇ 'ਚ ਜਿਹੜਾ ਨਿੰਮੀ ਵਾਲਾ ਕੈਰੈਕਟਰ ਸੀ, ਮੈਨੂੰ ਐਸੀ ਵੀ ਹਾਂ ਨਹੀਂ ਲਾਈਕ ਵਧੀਆ, ਕੁਛ ਸਲਮ ਏਰੀਆ ਕਦੇ ਦੇਖਿਆ ਨਹੀਂ ਸੀ ਉਹੋ ਜਿਹੀ, ਉਹਦੇ 'ਚ ਉਹੋ ਜਿਹਾ ਜਾਣਾ, ਉੱਥੇ ਰਹਿਣਾ ਉਹ ਹਿਸਾਬ ਨਾਲ। ਅਤੇ ਹੁਣ ਇਹਦੇ 'ਚ ਇਹ ਸੀ ਕਿ ਵੀ ਲਾਈਕ ਉਹ ਜਿਹੀ ਕੁੜੀ ਦਾ ਕਰੈਕਟਰ ਕਰਨਾ ਸੀ, ਅੜਬ ਜੀ, ਜਿਵੇਂ ਲਾਈਕ ਜਿਹੜੀ ਡਰਦੀ ਨਾ ਹੋਵੇ, ਵੀ ਉੱਧਰ ਕਲੇਸ਼ ਚੱਲ ਰਿਹਾ ਉਹ ਪੂਰਾ ਆਪਣਾ ਵਧੀਆ, ਉਹਦਾ ਕੁਐਸਚਨ ਉਹੀ ਹੈ ਉੱਥੇ ਤੱਕ ਕਿ ਵੀ ਵਿਆਹ ਕਦੋਂ ਹੋ ਰਿਹਾ, ਬਾਕੀ ਸਾਰੇ ਛੱਡ ਤੂੰ ਜਿਹੜੇ ਕਿਡਨੈਪ ਕਰਕੇ ਜਾ ਰਹੇ ਉਹਨਾਂ ਨੂੰ ਛੱਡ ਤੂੰ, ਦੱਸ ਮੈਨੂੰ। ਤਾਂ ਮੈਨੂੰ ਉਹੋ ਜਿਹੀ ਕੁੜੀ ਚਾਹੀਦੀ ਸੀ, ਲਾਈਕ ਹਾਂ ਆਈ ਇੰਜੋਇਡ ਇਟ ਅ ਲੋਟ। ਲਾਈਕ ਜੋ ਰਾਣੀ ਦਾ ਕਿਰਦਾਰ ਹੈ ਨਾ, ਉਹ ਬਹੁਤ ਹੀ ਅੜਬ ਜਿਹਾ ਹੈ ਨਾ, ਤੁਹਾਡੀ ਰੀਅਲ ਲਾਈਫ 'ਤੇ ਅਗਰ ਗੱਲ ਕਰੀਏ, ਰੀਅਲ ਲਾਈਫ ਨਾਲ ਰਾਣੀ ਅਤੇ ਭੂਮਿਕਾ ਇੱਕ ਦੂਸਰੇ ਨਾਲ ਕਿੰਨਾ ਕੁ ਰਿਲੇਟ ਕਰਦੇ ਆ? ਵੈਸੇ ਭੂਮਿਕਾ ਅੜਬ ਵੀ ਹੈਗੀ ਆ, ਬਟ
ਆਲਮੋਸਟ ਕਹਿ ਸਕਦੇ ਹੋ 98-80% ਸਵੀਟ ਹੈ। ਕਿਵੇਂ ਲੱਗਦਾ ਹੈ ਕਿ ਜਦੋਂ ਦਰਸ਼ਕਾਂ ਦੇ ਵੱਲੋਂ ਇੰਨਾ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਨਾ, ਤੁਸੀਂ ਆਪਣੇ ਰਿਵਿਊ ਦੇਖਿਓ, ਇੱਕ ਛੋਟੀ ਜਿਹੀ ਬੱਚੀ ਆ, ਉਹਨੇ ਸਭ ਤੋਂ ਪਹਿਲਾਂ ਰਿਵਿਊ ਦੇ ਵਿੱਚ ਇਹ ਕਿਹਾ ਕਿ ਮੈਨੂੰ ਰਾਣੀ ਬਹੁਤ ਪਿਆਰੀ ਲੱਗੀ, ਮੈਨੂੰ ਰਾਣੀ ਬਹੁਤ ਪਸੰਦ ਆਈ ਹੈ। ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਕਲਿੱਪ। ਮੈਨੂੰ ਸੱਚੀ ਸ਼ੇਅਰ ਕਰਿਓ, ਮੈਨੂੰ ਨਹੀਂ ਪਤਾ ਸੀ। ਉਹਨਾਂ ਨੇ ਤੁਹਾਡੇ ਲਈ ਸਪੈਸ਼ਲੀ ਕੁਝ ਲਾਈਨਾਂ ਬੋਲੀਆਂ ਕਿ ਮੈਨੂੰ ਰਾਣੀ ਬਹੁਤ ਪਿਆਰੀ ਲੱਗੀ, ਮੈਨੂੰ ਰਾਣੀ ਸਭ ਤੋਂ ਪਸੰਦ ਆਈ। ਓ ਮਾਈ ਗੋਡ, ਦਿਸ ਇਜ਼ ਲਾਈਕ ਵਟ ਆਈ ਵਾਂਟਡ, ਆਲਵੇਜ਼ ਵਾਂਟਡ। ਆਈ ਐਮ ਸੋ ਹੈਪੀ, ਫੀਲਿੰਗ ਬਲੈਸਡ। ਥੈਂਕ ਯੂ, ਜ਼ਰੂਰ ਸ਼ੇਅਰ ਕਰਿਓ। ਜ਼ਰੂਰ ਸ਼ੇਅਰ ਕਰਾਂਗੇ। ਸੋ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ? ਮੈਂ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਬਹੁਤ ਪਿਆਰ ਨਾਲ, ਬਹੁਤ ਮਿਹਨਤ ਨਾਲ, ਅਤੇ ਇੱਕ ਡਿਫਰੈਂਟ ਸੋਚ ਲੈ ਕੇ ਸ਼ੁਰੂ ਕੀਤਾ। ਵੀ ਸਾਰੇ ਕਹਿੰਦੇ ਸੀ ਕਿ ਵੀ ਪੰਜਾਬੀ ਇੰਡਸਟਰੀ 'ਚ ਕੁਛ ਇਹੋ ਜਿਹਾ ਕਿਉਂ ਨਹੀਂ ਹੋ ਰਿਹਾ, ਵੀ ਸਿਰਫ ਕੌਮੇਡੀ ਹੋ ਰਹੀ ਹੈ। ਸਾਊਥ ਇੰਡੀਆ ਦੇਖੋ, ਕਿੰਨੇ ਸਾਰੇ ਬਹੁਤ ਤਰੱਕੀ ਕਰ ਰਹੇ ਆ, ਸਾਊਥ ਇੰਡੀਆ 'ਚ ਐਕਸ਼ਨ ਹੋ ਰਿਹਾ ਹੈ, ਡਿਫਰੈਂਟ ਡਿਫਰੈਂਟ ਇਕੁਇਪਮੈਂਟਸ ਯੂਜ਼ ਹੋ ਰਹੇ ਆ, ਉਹ ਤਰੀਕੇ ਨਾਲ ਵੀ ਕੋਈ ਨਵੇਂ ਕੌਨਸੈਪਟ ਆ ਰਹੇ ਆ। ਸੋ ਉਹ ਚੀਜ਼ ਵੀ ਹੈ ਕਿ ਅਸੀਂ ਹੁਣ ਚਾਹੁੰਦੇ ਹਾਂ ਵੀ ਅਸੀਂ ਮੂਵੀ ਤਾਂ ਬਣਾਤੀ ਹੈ, ਹੁਣ ਤੁਸੀਂ ਸਪੋਰਟ ਕਰੋ ਅਤੇ ਪੰਜਾਬੀ ਸਿਨੇਮਾ ਨੂੰ ਹੋਰ ਉਹ ਲੈਵਲ 'ਤੇ ਲੈ ਕੇ ਜਾਓ, ਵੀ ਲਾਈਕ ਹਾਂ ਸਾਡਾ ਸਿਨੇਮਾ ਬਾਲੀਵੁੱਡ ਦੇ ਬਰਾਬਰ ਖੜਾ ਹੋਵੇ। ਬਿਲਕੁਲ, ਥੈਂਕ ਯੂ ਸੋ ਮਚ ਗੱਲਬਾਤ ਲਈ, ਔਰ ਬੈਸਟ ਵਿਸ਼ਸ ਫਿਲਮ ਦੇ। ਥੈਂਕ ਯੂ ਸੋ ਮਚ। ਸੋ ਆਪਣੇ ਨਾਲ ਇਸ ਫਿਲਮ ਦੇ ਪ੍ਰੋਡਿਊਸਰ ਮੌਜੂਦ ਹੈ, ਜਿਨ੍ਹਾਂ ਦਾ ਫਿਲਮ ਨੂੰ ਬਣਨ ਦੇ ਲਈ ਸਭ ਤੋਂ ਵੱਡਾ ਹੱਥ ਹੈ। ਸੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਫਿਲਮ। ਥੈਂਕ ਯੂ, ਐਂਡ ਤੁਹਾਡੇ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਸੋ ਫਿਲਮ ਸੈਕਟਰ 17 ਜਿਵੇਂ ਕਿ ਅੱਜ ਰਿਲੀਜ਼ ਹੋਈ ਹੈ ਨਾ, ਸੋ ਫਿਲਮ ਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਪਹਿਲਾਂ ਸ਼ੂਟ ਚੱਲ ਰਿਹਾ ਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਹੈ ਨਾ, ਕਿਸ ਤਰੀਕੇ ਦੇ ਨਾਲ ਪੂਰੀ ਸਕਰੀਨ 'ਤੇ, ਵੱਡੀ ਸਕਰੀਨ 'ਤੇ ਫਿਲਮ ਸਾਹਮਣੇ ਆਊਗੀ। ਹੁਣ ਤੁਸੀਂ ਵੱਡੀ ਸਕਰੀਨ 'ਤੇ ਪੂਰੀ ਫਿਲਮ ਦੇਖੀ ਹੈ, ਸੋ ਤੁਹਾਨੂੰ ਕਿਸ ਤਰੀਕੇ ਦੀ ਲੱਗੀ? ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗੀ ਕਿ ਸੈਟਿਸਫੈਕਸ਼ਨ ਹੋਈ ਕਿ ਪੈਸਾ ਲੱਗਿਆ ਫਿਲਮ 'ਤੇ? ਮੈਨੂੰ ਬਹੁਤ ਸੈਟਿਸਫੈਕਸ਼ਨ ਹੋਈ, ਮੈਂ ਬਿਲਕੁਲ ਤੁਹਾਡੀ ਤਰ੍ਹਾਂ ਹੀ ਹਾਂ। ਮੈਂ ਅੱਜ ਫਸਟ ਟਾਈਮ ਇਹ ਫਿਲਮ ਦੇਖੀ ਹੈ, ਮੈਂ ਨਾ ਇਹਦਾ ਪ੍ਰੀਵਿਊ ਦੇਖਿਆ ਨਾ ਕੁਛ ਹੋਰ, ਹਾਂ ਟ੍ਰੇਲਰ ਦੇਖਿਆ ਸੀਗਾ। ਟ੍ਰੇਲਰ ਦੇਖ ਕੇ ਲੱਗਦਾ ਸੀਗਾ ਕਿ ਕੁਛ ਡਿਫਰੈਂਟ ਹੈ, ਪਰ ਇੰਨਾ ਜ਼ਿਆਦਾ ਡਿਫਰੈਂਟ ਹੈ ਉਹ ਐਕਸਪੈਕਟ ਨਹੀਂ ਸੀ ਕੀਤਾ। ਮਤਲਬ ਜੋ ਟ੍ਰੇਲਰ 'ਚ ਹੈ ਮੂਵੀ ਉਹਦੇ ਓਪੋਜ਼ਿਟ ਹੈ, ਸੋ ਇਟਸ ਵੈਰੀ ਗੁੱਡ, ਆਈ ਲਵ ਇਟ। ਸੋ ਜੋ ਐਕਸਪੈਕਟੇਸ਼ਨਸ ਸੀਗੀਆਂ ਤੁਹਾਡੀਆਂ, ਉਹ ਐਕਸਪੈਕਟੇਸ਼ਨਸ ਪੂਰੀਆਂ ਹੋਈਆਂ? ਪ੍ਰਿੰਸ ਕਨਵਲ ਜੀ ਦੇ ਬਾਰੇ ਕੀ ਕਹਿਣਾ ਚਾਹੋਗੇ, ਉਹਨਾਂ ਦੀ ਅਦਾਕਾਰੀ ਦੇ ਬਾਰੇ ਕੀ ਕਹਿਣਾ? ਪ੍ਰਿੰਸ ਭਾਜੀ ਇਜ਼, ਮੇਰੇ ਕੋਲ ਵਰਡਸ ਨਹੀਂ ਹੈਗੇ ਉਹਨਾਂ ਦੀ ਐਕਟਿੰਗ ਨੂੰ ਕਮੈਂਟ ਕਰਨ ਲਈ, ਹੀ ਇਟਸ ਟੂ ਗੁੱਡ। ਮੈਂ ਉਹਨਾਂ ਦੀ ਪੰਛੀ ਮੂਵੀ ਦੇਖੀ ਸੀਗੀ, ਐਕਚੁਲੀ ਮੈਨੂੰ ਆਦੀ ਨੇ ਦਿਖਾਈ ਸੀਗੀ ਉਹਨਾਂ ਦੀ ਪੰਛੀ ਮੂਵੀ, ਐਂਡ ਉਸ ਮੂਵੀ ਤੋਂ ਬਾਅਦ ਮੈਂ ਉਹਨਾਂ ਦੀ ਫੈਨ ਹੋ ਗਈ। ਸੋ ਜਦੋਂ ਸਾਡੇ ਕੋਲ ਸੈਕਟਰ 17 ਦਾ ਪ੍ਰੋਜੈਕਟ ਆਇਆ, ਆਦੀ ਗੁਸ ਕੀ ਹਰਮਨ ਪ੍ਰੋਜੈਕਟ ਆਇਆ, ਕਿੱਦਾਂ ਹੈ, ਮੈਂ ਕਿਹੜਾ ਹੈ, ਕਹਿੰਦੇ ਸੈਕਟਰ 17, ਮੈਂ ਕਿਹਾ ਨਾਮ ਅੱਛਾ ਹੈ, ਆਰਟਿਸਟ ਕੌਣ ਹੈ, ਕਹਿੰਦੇ ਪ੍ਰਿੰਸ ਭਾਜੀ ਹੈ, ਮੈਂ ਕਿਹਾ ਕਰ ਦਿਉ, ਨਹੀਂ ਤਾਂ ਯੂਜਲੀ ਨਾਮ ਸੁਣ ਕੇ ਅਸੀਂ ਡਨ ਕਰਤਾ ਸੀਗਾ, ਬਿਕੋਜ਼ ਆਈ ਹੈਵ, ਮੈਂ ਤੁਹਾਨੂੰ ਦੱਸਿਆ ਨਾ ਮੈਂ ਉਹਨਾਂ ਦੀ ਪੰਛੀ ਮੂਵੀ ਦੇਖੀ ਐਂਡ ਦੈਨ ਆਈ ਬਿਕਮ ਅ ਬਿਗੈਸਟ ਫੈਨ ਆਫ ਹਿਮ। ਬਹੁਤ ਅੱਛੀ ਉਹਨਾਂ ਨੇ ਉਹਦੇ ਵਿੱਚ ਉਮਦਾ ਅਦਾਕਾਰੀ ਕੀਤੀ, ਅਤੇ ਮੈਨੂੰ ਪੂਰਾ ਵਿਸ਼ਵਾਸ ਸੀਗਾ ਕਿ ਜਿਹਨੇ ਪੰਛੀ ਇੰਨੀ ਸੋਹਣੀ ਕੀਤੀ ਹੈ ਤਾਂ ਓਬਵੀਅਸਲੀ ਉਹ ਸੈਕਟਰ 17 ਤਾਂ ਹੋਰ ਵਧੀਆ ਕਰਨਗੇ। ਬਿਲਕੁਲ। ਸੋ ਜਿਵੇਂ ਕਿ ਫਿਲਮ ਦੀ ਕਹਾਣੀ ਵੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਨਾ, ਸੋ ਜਦੋਂ ਤੁਸੀਂ ਪਹਿਲੀ ਵਾਰ ਫਿਲਮ ਦੀ ਕਹਾਣੀ ਸੁਣੀ ਸੀ, ਤੁਹਾਨੂੰ ਸਭ ਤੋਂ ਬਿਹਤਰੀਨ ਚੀਜ਼ ਪੂਰੀ ਫਿਲਮ ਦੇ ਵਿੱਚ ਕਿਹੜੀ ਲੱਗੀ ਸੀ? ਸੈਕਟਰ 17 ਮੇਰੇ ਪਿਓ ਦਾ। ਸੋ ਇਸ ਫਿਲਮ ਦੀ ਅਗਰ ਗੱਲ ਕਰੀਏ ਟੀਮ ਦੀ, ਹੈ ਨਾ, ਸੋ ਟੀਮ ਕਿਸ ਤਰੀਕੇ ਦੇ ਨਾਲ ਪੂਰੀ ਇਕੱਠੀ ਹੋਈ ਸੀ? ਕਿਉਂਕਿ ਹਰ ਇੱਕ ਕਿਰਦਾਰ ਨੇ ਇਸ ਤਰੀਕੇ ਦਾ ਲੱਗ ਰਿਹਾ ਕਿ ਸ਼ਾਇਦ ਇਹਨਾਂ ਦੇ ਲਈ ਹੀ ਬਣਿਆ ਹੋਇਆ ਸੀ, ਜਿਨ੍ਹਾਂ ਦੇ ਵੱਲੋਂ ਅਦਾ ਕੀਤਾ ਗਿਆ। ਇਸ ਫਿਲਮ ਦਾ ਜਿਹੜਾ ਪ੍ਰੋਜੈਕਟ ਹੈਗਾ ਆ, ਸਾਡੇ ਕੋਲ ਆਇਆ ਸੀਗਾ ਸੰਦੀਪ ਬੰਸਲ ਜੀ ਦੇ ਥਰੂ। ਐਕਚੁਲੀ ਪਹਿਲਾਂ ਮੇਰੇ ਹਸਬੈਂਡ ਦੇ ਫਰੈਂਡ ਨੇ, ਸ਼ੁਭਮ ਭਾਜੀ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇੱਕ ਪ੍ਰੋਜੈਕਟ ਬਣਦਾ ਪਿਆ, ਪਰ ਉਸੇ ਟਾਈਮ ਦੇ ਵਿੱਚ ਸੰਦੀਪ ਭਾਜੀ ਕੈਨੇਡਾ ਆਏ ਹੋਏ ਸੀਗੇ, ਸੋ ਉਹਨਾਂ ਨੇ ਆਦਿੱਤੇ ਨੂੰ ਕਿਹਾ ਕਿ ਇੱਦਾਂ ਮੇਰਾ ਇੱਕ ਪ੍ਰੋਜੈਕਟ ਹੈਗਾ ਅਤੇ ਤੁਸੀਂ ਦੇਖ ਲਓ। ਆਦਿ ਨੇ ਵੀ ਸੇਮ ਹੋਈ ਕਿਹਾ ਕਿ ਆਰਟਿਸਟ ਕੌਣ ਹੈ, ਕਹਿੰਦੇ ਕਿ ਪ੍ਰਿੰਸ ਕਵਲ ਜੀ, ਤੋਂ ਕਹਿੰਦੇ ਠੀਕ ਹੈ ਮੈਂ ਤੁਹਾਨੂੰ ਦੱਸਦਾ ਹਾਂ।
ਸੋ ਹੀ ਕੇਮ ਹੋਮ, ਮੈਨੂੰ ਕਹਿੰਦੇ ਕਿੱਦਾਂ ਪ੍ਰੋਜੈਕਟ ਆਇਆ, ਐਂਡ ਮੈਂ ਕਿਹਾ ਕਰ ਲਓ, ਸੋ ਅਸੀਂ ਕਰ ਲਿਆ ਪ੍ਰਿੰਸ ਭਾਅ ਜੀ ਦੇ ਉੱਤੇ। ਸੋ ਆਪਾਂ ਕਹਿ ਸਕਦੇ ਹਾਂ ਕਿ ਪ੍ਰਿੰਸ ਕਰਨਵਲ ਜੀ ਦਾ ਨਾਮ ਚੱਲਦਾ ਹੁਣ, ਉਹਨਾਂ ਦੇ ਨਾਮ 'ਤੇ ਪ੍ਰੋਜੈਕਟ ਮਿਲ ਜਾਂਦੇ। ਨਹੀਂ, ਉਹਨਾਂ ਦਾ ਕੰਮ ਵੀ ਬਹੁਤ ਅੱਛਾ ਹੈ, ਮਤਲਬ ਸਾਨੂੰ ਉਹਨਾਂ 'ਤੇ ਇੰਨਾ ਕੁ ਵਿਸ਼ਵਾਸ ਹੈ ਕਿ ਅਗਰ ਉਹ ਪੰਛੀ ਇੰਨਾ ਅੱਛਾ ਕਰ ਸਕਦੇ ਹੈ ਮੂਵੀ ਵਾਰਨਿੰਗ 1, ਵਾਰਨਿੰਗ 2, ਐਂਡ ਆਲਸੋ ਉਹਨਾਂ ਦੀਆਂ ਹੋਰ ਵੀ ਕਾਫੀ ਸਾਰੀਆਂ ਹੈਗੀਆਂ ਵੈਬ ਸੀਰੀਜ਼ ਮੂਵੀਜ਼ ਜਿਨ੍ਹਾਂ 'ਚ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ, ਅਤੇ ਓਬਵੀਅਸਲੀ ਸੈਕਟਰ 17 ਤਾਂ ਉਹਨਾਂ ਨੇ ਖੁਦ ਲਿਖੀ ਹੈ, ਅਤੇ ਐਜ਼ ਅ ਹੀਰੋ ਫਸਟ ਟਾਈਮ ਆ ਰਹੇ ਨੇ, ਤਾਂ ਉਹ ਯੂ ਨੋ ਤਾਂ ਉਹ ਵਧੀਆ ਕਰਨਗੇ। ਸੋ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਸੈਕਟਰ 17 ਦੇ ਬਾਰੇ? ਪਲੀਜ਼ ਤੁਸੀਂ ਫਿਲਮ ਜ਼ਰੂਰ ਦੇਖਿਓ, ਟ੍ਰੇਲਰ ਦੇ ਵਿੱਚ ਜੋ ਹੈਗਾ ਆ ਫਿਲਮ ਦੇ ਵਿੱਚ ਉਸਦੇ ਨਾਲ ਨਾਲ ਹੋਰ ਵੀ ਬਹੁਤ ਕੁਛ ਐਸਾ ਆ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡਾ ਬਹੁਤ ਜ਼ਿਆਦਾ ਇੰਜੋਇਮੈਂਟ ਹੋਊਗਾ ਜੋ ਤੁਸੀਂ ਮੂਵੀ ਦੇਖਣ ਜਾਓਗੇ, ਫੁੱਲ ਪੈਸਾ ਵਸੂਲ ਮੂਵੀ ਹੈ, ਪਲੀਜ਼ ਗੋ ਐਂਡ ਵਾਚ ਇਟ। ਥੈਂਕ ਯੂ ਸੋ ਮਚ ਗੱਲਬਾਤ ਦੇ ਲਈ, ਔਰ ਬੈਸਟ ਵਿਸ਼ਸ ਫਿਲਮ ਦੇ ਲਈ। ਸੋ ਇਸੀ ਫਿਲਮ ਸੈਕਟਰ 17 ਦੀ ਸਟਾਰਕਾਸਟ, ਜਿਨ੍ਹਾਂ ਦੇ ਨਾਲ ਆਪਾਂ ਫਿਲਮ ਦੇ ਬਾਰੇ ਖਾਸ ਗੱਲਬਾਤ ਕੀਤੀ ਆ, ਫਿਲਮ ਦੇ ਨਾਲ ਜੁੜੇ ਹੋਏ ਕੁਝ ਦਿਲਚਸਪ ਕਿੱਸੇ ਉਹਨਾਂ ਦੇ ਵੱਲੋਂ ਸਾਡੇ ਨਾਲ ਸਾਂਝੇ ਕੀਤੇ ਗਏ ਹੈ। ਸੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਿੱਤਿਆਸ ਗਰੁੱਪ ਦੇ ਵੱਲੋਂ ਇਸ ਫਿਲਮ ਨੂੰ ਪ੍ਰੀਜੈਂਟ ਕੀਤਾ ਗਿਆ, ਅਹਿਮ ਕਿਰਦਾਰ ਪ੍ਰਿੰਸ ਕਰਨਵਲਜੀਤ ਜੀ ਦੇ ਵੱਲੋਂ ਅਦਾ ਕੀਤਾ ਗਿਆ, ਅਤੇ ਇਸ ਫਿਲਮ ਦੀ ਕਹਾਣੀ ਵੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ, ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਮਨੀਸ਼ ਭੱਟ ਜੀ ਦੇ ਵੱਲੋਂ। ਸੋ ਇਹਨਾਂ ਦੇ ਨਾਲ ਆਪਣੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਸੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇਸੇ ਤਰੀਕੇ ਦੀ ਅਹਿਮ ਜਾਣਕਾਰੀ ਦੇ ਨਾਲ, ਤਦ ਤੱਕ ਲਈ ਦੇਖਦੇ ਰਹੋ ਚੈਨਲ ਪੰਜਾਬ ਪਲੱਸ ਟੀਵੀ।